ਕੋਈ ਚੱਕਰ ਨੀ ਯਾਰ, ਉਹ ਕੁਛ ਨੀ ਹੁੰਦਾ ਯਾਰ, ਫਿਰ ਕੀ ਹੋ ਗਿਆ ਮੇਰੇ ਤੁਸੀਂ? ਕੋਈ ਜੱਟ ਕੋਈ ਪੁੱਤ ਨੀ, ਪੁੱਤ ਬਣਾ ਕੇ ਛੱਡਾਂਗੇ ਹੁਣ, ਜਲਦੀ ਕਰ ਜਲਦੀ ਕਰ ਗਰੀਬ ਪਰਿਵਾਰ ਦੀ ਸ਼ਾਦੀ ਸੀਗੀ, ਅਸੀਂ ਪੈਲਸ ਦੇ ਵਿੱਚ ਸ਼ਗਨ ਦੇਣ ਗਏ ਸੀ। ਜਦੋਂ ਅਸੀਂ ਸ਼ਗਨ ਦੇਣ ਗਏ ਹਾਂ ਤੇ ਉੱਥੇ ਉਹ ਆਨੰਦ ਹੋ ਕੇ ਆਏ ਨੀ ਸੀ, ਉਹ ਕਹਿੰਦੇ ਬੈਠ ਕੇ, ਚਲੋ ਅਸੀਂ ਅੱਗੇ ਬੈਠ ਜਾਂਦੇ ਮਾਨਤਾਨਾ ਕੜੇ। ਉਸ ਤੋਂ ਬਾਅਦ ਅਸੀਂ ਗੋਲ ਮੇਜ਼ ਤੇ ਬੈਠ ਗਏ, ਸਾਹਮਣੇ ਗੋਲ ਮੇਜ਼ ਸੀਗਾ ਰਾਜੇ ਆਪਣਾ ਕਰਮਜੀਤ ਸਿੰਘ ਰਾਜਾ ਸਾਡੇ ਪਿੰਡ ਦਾ, ਜਿਹੜਾ ਕਿ ਪਹਿਲਾਂ ਵੀ ਵਿਵਾਦਾਂ 'ਚ ਬਹੁਤ ਰਹਿ ਚੁੱਕਿਆ, ਹਰੇਕ ਬੰਦੇ ਨੂੰ ਧਮਕੀ ਦਿੰਦਾ ਮਾਰਨ ਦੀ, ਤੌਲ ਦੀ, ਪੈਰ ਸਰਪੰਚ ਉੱਠਣਾ, ਮੈਂ ਤੁਹਾਨੂੰ ਮਾਰ ਦੂੰਗਾ ਜੇ ਮੈਨੂੰ ਵੋਟਾਂ ਨਾ ਪਾਈਆਂ। ਦਰਖਾਸਤਾਂ ਵੀ ਹੈਗੀਆਂ ਬਹਿਰਕੋ ਚੱਕ ਥਾਣੇ 'ਚ, ਇੱਕ ਬੰਦੇ ਦੀ ਸੀਮੈਂਟ ਦੀ ਦੁਕਾਨ ਗੁਰਦੇਵ ਸਿੰਘ ਦੀ, ਉਹਨੂੰ ਵੀ ਉਹਨੇ ਕਿਹਾ ਸੀ ਮੈਂ ਤੈਨੂੰ ਮਾਰ ਦੂੰਗਾ, ਧਮਕੀਆਂ ਪਿਸਤੌਲ ਦੀਆਂ ਦਿੱਤੀਆਂ ਸੀ। ਅਸੀਂ ਪ੍ਰਸ਼ਾਸਨ ਨੂੰ ਉਦੋਂ ਵੀ ਕਿਹਾ ਸੀ ਵੀ ਇਸ ਬੰਦੇ 'ਤੇ ਕਾਰਵਾਈ ਹੋ ਜਾਏ ਤਾਂ ਚੰਗੀ ਗੱਲ, ਉਹ ਸੀ ਜਦੋਂ ਆਪਾਂ ਕੁਦਰਤੀ ਅਗਲੇ ਕਹਿੰਦੇ ਮੂੰਹ ਸਾਡਾ ਹੋ ਗਿਆ, ਉਹਨੇ ਜਦੋਂ ਦਾਰੂ ਪੀ ਲਈ ਉਹ ਕਹਿੰਦਾ ਖੜਾ ਹੋ ਕੇ ਕਹਿੰਦਾ ਕਿ ਤੁਸੀਂ ਮੇਰੇ ਵੱਲ ਨਹੀਂ ਵੇਖਦੇ ਆ। ਅਸੀਂ ਆਖਿਆ ਵੀ ਇਸ ਤਾਂ ਕੁਦਰਤੀ ਗੱਲ ਆ ਵੀ ਸਾਡਾ ਕੁਦਰਤੀ ਮੂੰਹ ਤੇਰੇ ਵੱਲ ਸੀਗਾ। ਸਾਨੂੰ ਗਰੀਬ ਪਰਿਵਾਰ ਦੇ ਕਈ ਬੰਦਿਆਂ ਨੇ ਸਮਝਾਇਆ, ਉਹ ਕਹਿੰਦੇ ਵੀ ਤੁਸੀਂ ਨਹੀਂ ਬੋਲਣਾ ਗਾ, ਇਹ ਕੁਛ ਮਰਜ਼ੀ ਬੋਲੀ ਆ। ਅਸੀਂ ਆਖਿਆ ਜੀ ਤੁਹਾਡੀ ਧੀ ਅਤੇ ਸਾਡੀ ਧੀ ਇੱਕ ਜੀ, ਅਸੀਂ ਨਹੀਂ ਕੁਛ ਕਹਿੰਦੇ। ਅਸੀਂ ਚੁੱਪ ਕਰਕੇ ਬੈਠ ਗਏ, ਉਹਨੂੰ ਉੱਥੋਂ ਬੰਦੇ ਲੈ ਗਏ, ਉਸ ਤੋਂ ਬਾਅਦ ਉਹ 20 ਬੰਦੇ ਗੁੰਡੇ ਲੈ ਕੇ ਆਇਆ, ਨਾਲ ਅਸਲੇ ਲੈ ਕੇ ਆਇਆ। ਮੈਨੂੰ ਫੋਨ ਤੇ ਫੋਨ ਕਰਨ ਲੱਗ ਗਏ, ਤੇਰੀ ਅਸੀਂ ਧੀ ਨੂੰ ਚੱਕ ਕੇ ਲਿਜਾਵਾਂਗੇ, ਤੇਰੀ ਭੈਣ ਨੂੰ ਚੱਕ ਕੇ ਲਿਜਾਵਾਂਗੇ, ਜੇ ਤੂੰ ਪੈਲਸ ਦੇ ਬਾਹਰ ਸਾਡੇ ਜਾ ਕੇ ਗੱਲ ਨਾ ਸੁਣੀ। ਚਲੋ ਕਈ ਵਾਰੀ ਜਦੋਂ ਕਿਸੇ ਬੰਦੇ ਨੂੰ ਤੁਸੀਂ ਗਾਲਾਂ ਹੀ ਕੱਢੀ ਜਾਂਦੇ ਤਾਂ ਬੰਦੇ ਨੂੰ ਥੋੜ੍ਹੀ ਜਿਹੀ ਗਰਮੀ। ਮੈਂ ਪੈਲਸ ਤੋਂ ਬਾਹਰ, ਮੈਂ ਤੇ ਮੇਰਾ ਦੋਸਤ ਗੁਰਵਿੰਦਰ ਸਿੰਘ, ਅਸੀਂ ਪੈਲਸ ਦੇ ਬਾਹਰ ਦੇਖਣ ਜਾਉਣੇ ਵੀ ਵਾਕਿਆ ਕੁਛ ਹੈਗਾ ਕਿ ਨਹੀਂ। ਉਹ ਪੈਲਸ ਦੇ ਬਾਹਰ 'ਚ ਖੜੇ ਸੀਗੇ, ਪੈਲਸ ਵਾਲਿਆਂ ਦੇ ਵਿੱਚ ਕੋਈ ਕਸੂਰ ਨਹੀਂ, ਆਪਾਂ ਕਹਿ ਦਈਏ ਪੈਲਸ ਵਾਲਿਆਂ ਨੇ ਵੀ ਅਸਲਾ ਨਹੀਂ ਲਿਆ ਦਿੱਤਾ, ਉਹ ਬੰਦੇ ਬਾਅਦ 'ਚ ਅਸਲਾ ਲੈ ਗਏ ਆ, 20 ਜਾਣੇ ਸੀ ਲੱਗੂ ਵਾਲਾ ਪੈਲਸ ਆ। ਉਹਨਾਂ ਨੇ ਸਾਨੂੰ ਵੇਖਦਿਆਂ ਸਾਰੀ ਗੋਲੀਆਂ ਚਲਾਉਣੀਆਂ, ਜਦੋਂ ਬੈਕ ਨੂੰ ਭੱਜੇ ਮੇਰੇ ਪੱਟ 'ਚ ਦੋ ਗੋਲੀਆਂ ਵੱਜੀਆਂ ਹੱਥ 'ਚ ਥਾਂ 'ਤੇ ਡਿੱਗ ਗਏ। ਉਹ ਮੇਰਾ ਦੋਸਤ ਗੁਰਵਿੰਦਰ ਅਤੇ ਨੋਦੇ ਵੱਜ ਗਏ ਭਾਈ ਜੀ ਦੇ, ਸਾਡੇ ਕੋਲ ਕੋਈ ਅਸਲਾ ਨਹੀਂ, ਕੋਈ ਕੁਛ ਨਹੀਂ ਗਾ। ਉਹ ਜੀ 20-25 ਜਣੇ ਹੋਣ, ਗੋਲੀ ਸਾਡੇ 'ਤੇ 3-5-7 ਬੰਦਿਆਂ ਨੇ ਚਲਾਈਆਂ, ਤਾਂ ਸਾਡੇ ਵੱਜ ਗਈਆਂ। ਜੇ ਇੱਕ ਬੰਦੇ ਨੇ ਚਲਾਈਆਂ ਤੁਹਾਨੂੰ ਪਤਾ ਹੀ ਪਿਸਟਲ ਦੀ ਗੋਲੀ ਐਡੀ ਛੇਤੀ ਲੱਗਦੀ ਹੈ, ਨਿਸ਼ਾਨਾ ਕੋਈ ਕਿਸੇ ਬੰਦੇ ਸ਼ਾਰਪ ਸ਼ੂਟਰ ਹੀ ਲਾ ਸਕਦਾ। ਉਹਨਾਂ ਨਾਲ ਸ਼ਾਰਪ ਸ਼ੂਟਰ ਵੀ ਸੀਗੇ, ਤਾਂ ਕਰਮਜੀਤ ਸਿੰਘ ਰਾਜਾ, ਇੱਕ ਉਹਦਾ ਮੁੰਡਾ, ਉਹਦਾ ਮੁੰਡੇ ਦਾ ਨਾਂ ਹੈਗਾ ਜੀ ਆਪਣਾ ਪ੍ਰਭਜੋਤ, ਅਤੇ ਇੱਕ ਜਿਉਣਾ ਸਿੰਘ, ਇੱਕ ਹਰਭੇਜ ਸਿੰਘ, ਅਤੇ 3-4 ਜਦੋਂ ਅਸੀਂ ਡਿੱਗ ਪਏ ਸਾਨੂੰ ਕਈ ਬੰਦਿਆਂ ਦੀ ਪਛਾਣ 'ਚ ਨਹੀਂ ਆਏ, ਬੰਦੇ ਬਹੁਤ ਸੀਗੇ ਸਾਡੇ ਪਿੰਡ ਦੇ ਹੀ ਬੰਦੇ ਸੀ ਸਾਰੇ, 20 ਦੇ ਕਰੀਬ ਬੰਦੇ ਸਾਰਿਆਂ ਕੋਲ ਅਸਲੇ ਸੀਗੇ। ਪਟਨਾ ਸਰ ਕੁਛ ਨਹੀਂ, ਸਾਡੇ ਪਿੰਡ ਵਿਆਹ ਸੀਗਾ ਲੱਡੂ ਵਾਲੇ ਪੈਲਸ 'ਚ, ਅਸੀਂ ਉੱਥੇ ਸ਼ਗਨ ਦੇਣ ਗਏ ਸੀ। ਕਰਮਜੀਤ ਸਿੰਘ ਰਾਜਾ ਜੀ, ਉਹ ਉੱਠਿਆ ਪਹਿਲਾਂ ਤਾਂ ਅੱਖਾਂ ਕੱਢਣ ਲੱਗਿਆ, ਤੁਸੀਂ ਸਾਡੇ ਵੀ ਨਹੀਂ ਅੱਖਾਂ ਕੱਢਦੇ ਹੋ, ਅਸੀਂ ਆਰਾਮ ਨਾਲ ਬੈਠੇ ਸੀਗੇ। ਚਲੋ ਉੱਥੇ ਬੰਦਿਆਂ ਨੇ ਉਹਨੂੰ ਬਿਠਾ ਬਟੂਤਾ, ਉਸ ਤੋਂ ਬਾਅਦ ਉਹ ਬਾਹਰ ਚਲਾ ਗਿਆ। ਫਿਰ ਸਾਨੂੰ ਫੋਨ ਕਰਨ ਲੱਗੇ, ਕਹਿੰਦਾ ਪਿਓ ਦੇ ਤਾਂ ਬਾਹਰ ਆਓ, ਗੰਦੀ ਗਾਲੀ ਗਲੋਚ ਕਰੀ। ਅਸੀਂ ਕਿਹਾ ਚਲੋ ਕੋਈ ਨਹੀਂ ਪੈਲਸ ਤੋਂ ਬਾਹਰ ਆ ਜਾਓ, ਅਸੀਂ ਪੈਲਸ ਤੋਂ ਬਾਹਰ ਚਲੇ ਗਏ ਸਰ। ਮੈਂ ਅਤੇ ਮੇਰਾ ਬ੍ਰਦਰ ਜਗਸੀਰ, ਦੋਵੇਂ ਸੀ, ਇੱਕ ਬ੍ਰਦਰ ਰਣਵੀਰ ਉਹ ਪਿੱਛੇ ਰਹਿ ਗਏ, ਅਸੀਂ ਦੋਵੇਂ ਅੱਗੇ ਸੀਗੇ ਜੀ। ਉੱਥੇ ਜਾਂਦੇ ਸਰ ਸਰ ਸਿੱਧੀਆਂ ਗੋਲੀਆਂ ਚਲਾਈਆਂ, ਸਾਨੂੰ ਨਹੀਂ ਪਤਾ ਸੀ ਅਸਲਾ ਇਹਨਾਂ, ਸਾਡਾ ਕੋਈ ਇੰਨਾ ਨਾ ਹੈ, ਤੁਹਾਨੂੰ ਪਤਾ ਲੱਗੂ ਕੀ ਹੈ ਕਿਹੜੇ ਸੀਗੇ। ਚੋਣ ਜਾਬਤਾ ਲੱਗਿਆ ਵੀ ਇਹਨਾਂ ਦੇ ਸਾਰੇ ਫੜ ਕੇ ਅੰਦਰ ਕਰਾਏ ਜਾਣ, ਇਹ 15-20 ਜਣੇ ਸੀਗੇ ਜੀ, 4 ਤਾਂ ਸੀ ਸਿਆਣੇ। ਕਰਮਜੀਤ ਰਾਜਾ, ਉਹਦਾ ਬੇਟਾ, ਅਤੇ ਫਿਰ ਭੇਜਿਆ ਮੁੰਡਾ, ਭੇਜਿਆ ਅਤੇ ਬਾਕੀ ਹੋਰ।
ਸਾਡਾ ਸ਼ਰੀਫ ਪਰਿਵਾਰ ਹੈ, ਅਸੀਂ ਸਾਰੇ ਪਿੰਡ 'ਚ ਅੱਜ ਤੱਕ ਕਿਸੇ ਨਾਲ ਲੜੀ ਬੈਠੇ 7 ਵਜੇ ਤੁਹਾਨੂੰ ਪਤਾ ਨਹੀਂ ਸਰ, ਮੇਰੇ ਤਾਂ ਪਤਾ ਨਹੀਂ 3 ਵਜੇ 4 ਵਜੇ ਮੇਰੇ ਬ੍ਰਦਰ ਦੇ 3-4 ਪਿਸਟਲ ਸੀਗਾ, ਰਿਵਾਲਵਰ ਜਾਂ ਪਿਸਟਲ। ਅੱਛਾ ਜੀ, ਇਹਨਾਂ ਕੋਲ ਹੋ ਸਕਦਾ ਸਰ ਇਹਨਾਂ ਕੋਲ ਨਜਾਇਜ਼ ਅਸਲਾ ਵੀ ਹੋਵੇ, ਹੁਣ 3-4 ਕੋਲ ਹੋਣ ਕੇ ਕੁਛ ਹੋਣੇ ਕਿਤੇ ਇਹਨਾਂ ਤੋਂ ਪਤਾ ਲੱਗੇ, ਚੋਣ ਜਾਬਤਾ ਲੱਗੇ ਸਾਰੇ ਅੰਦਰ ਹੋਣ, ਕਾਨੂੰਨੀ ਕਾਰਵਾਈ ਹੋਵੇ, ਅਸਲਾ ਇਹਨਾਂ ਦਾ ਜ਼ਬਤ ਹੋਵੇ, ਸਾਰੇ ਫੜੇ ਜਾਂਦੇ। ਕੁਛ ਵੀ ਨਹੀਂ ਬਾਈ, ਬੈਠੇ ਸੀ ਟੇਬਲ 'ਤੇ ਅਤੇ ਸਾਡੇ ਪਿੰਡ ਚੱਕਣ ਲੱਗ ਗਿਆ, ਅਸੀਂ ਦੇਖਿਆ ਅਸੀਂ ਦੱਸੀ ਜਾਂਦੇ ਸੀ ਹਾਂ ਪਿੰਡ ਦਾ ਵਿਆਹ ਦੇ ਪ੍ਰੋਗਰਾਮ ਦੌਰਾਨ। ਹਾਂ ਵਿਆਹ, ਚਲੋ ਅਸੀਂ ਆਖਿਆ ਵੀ ਆਉਂਦੇ ਹੋਏ ਸਲਾਮ ਵੀ ਸ਼ਗਨ ਤਾਂ ਦੇਣਾ ਹੀ ਹੈ। ਸ਼ਗਨ ਦੇਣ ਗਏ, ਉਹ ਕਹਿੰਦੇ ਵੀ ਹਜੇ ਕੁੜੀ ਆਨੰਦ ਹੋ ਕੇ ਨਹੀਂ ਆਏ, ਤਾਂ ਚਲੋ 2 ਮਿੰਟ ਬੈਠ ਜਾਓ। ਅਸੀਂ ਬੈਠ ਗਏ, ਨਹੀਂ ਤਾਂ ਚਲੋ ਅਸੀਂ ਵੈਸੇ ਆ ਜਾਂਦੇ, ਪਹਿਲਾਂ ਵੀ ਅਸੀਂ ਗਏ ਸੀ ਉਦੋਂ ਪੈਲਸ 'ਚ ਕੋਈ ਨਹੀਂ ਸੀ। ਅਤੇ ਸਾਹਮਣੇ ਸਾਡੇ ਬੈਠਾ ਸੀ ਕਰਮਜੀਤ ਸਿੰਘ, ਪੱਕਾ ਕਾਲਿਆ ਕਰਮਜੀਤ ਸਿੰਘ ਬੈਠਾ ਸੀਗਾ। ਚਲੋ ਸਾਹਮਣੇ ਕੁਦਰਤੀ, ਜਿਵੇਂ ਆਪਾਂ ਸਾਹਮਣੇ ਕਿਸੇ ਦੇ ਬੈਠੇ ਹਾਂ ਤਾਂ ਆਪਾਂ ਆਫਸਲੀ ਆਪਾਂ ਦੇਖ ਵੀ ਨਿਗਾਹ ਵੱਜ ਜਾਂਦੀ ਹੈ। ਉਹ ਜਦੋਂ ਉਹਨੇ ਦਾਰੂ ਜ਼ਿਆਦਾ ਪੀ ਲਈ ਤਾਂ ਉਹ ਨਾਲ ਤੈਨੂੰ ਕਹਿੰਦਾ ਵੀ ਇਹਨਾਂ ਨੂੰ ਸੱਦੋ, ਮੈਂ ਨਾਲ ਲੜਨਾ। ਉੱਠ ਕੇ ਖੜਾ ਹੋ ਗਿਆ ਆਪਦੀ ਮੇਜ਼ ਤੋਂ, ਅਤੇ ਸਾਨੂੰ ਬੰਦੇ ਨੇ ਸਮਝਾਇਆ ਵੀ ਲੜਕੀ ਦਾ ਵਿਆਹ ਅਤੇ ਤੁਸੀਂ ਨਹੀਂ ਕੁਛ ਕਰਨਾ, ਤੁਸੀਂ ਕੁਛ ਵੀ ਇਹੋ ਜਿਹੀ ਹਰਕਤ ਨਹੀਂ ਕਰਨੀ ਜਿਹਦੇ ਨਾਲ ਕਿ ਲੜਕੀ ਦਾ ਵਿਆਹ। ਅਸੀਂ ਕਹਿਤਾ ਵੀ ਭਲਾ ਸਾਨੂੰ ਤਾਂ ਗਾਲਾਂ ਕੱਢ ਲੈ, ਜੇ ਤੁਹਾਡੀ ਲੜਕੀ ਆ ਤਾਂ ਸਾਡੀ ਲੜਕੀ ਆ। ਅਸੀਂ ਚਲੋ ਚਲੋ ਜੋ ਵੀ ਚਲੋ ਕੁਛ ਵੀ ਆਏ ਨੇ ਕਹਿਤਾ, ਚਲੋ ਜ਼ਿੰਦਗੀ 'ਚ ਬੰਦੇ ਮਿਲਦੇ ਆਉਂਦੇ ਰਹਿੰਦੇ ਆ, ਚਲੋ ਅੱਜ ਅਸੀਂ ਇਹਨੂੰ ਕੁਛ ਨਹੀਂ, ਇਹ ਨਹੀਂ ਕਿਹਾ, ਅਸੀਂ ਤਾਂ ਕੁਛ ਕਿਹਾ ਹੀ ਨਹੀਂ। ਉਸ ਤੋਂ ਬਾਅਦ ਇਹਨੂੰ ਬੰਦੇ ਫੜ ਕੇ ਲੈ ਗਏ, ਇਹ ਘਰੇ ਚਲਾ ਗਿਆ। 10 ਮਿੰਟ ਬਾਅਦ ਮੈਨੂੰ ਇਹਦਾ ਫੋਨ ਆਉਂਦਾ, ਇਹਦੇ ਮੁੰਡੇ ਦਾ, ਪ੍ਰਭਜੋਤ ਸਿੰਘ ਦਾ, ਕਹਿੰਦਾ ਕਿ ਤੁਹਾਡੀ ਹੁਣ ਤੁਹਾਨੂੰ ਮੈਂ ਲੈਂਗੁਏਜ ਇਹੋ ਜਿਹੀ ਵਰਤੀ ਕਿ ਮੈਂ ਤੁਹਾਡੇ ਹੁਣ ਮੀਡੀਆ ਤੁਸੀਂ ਮੈਂ ਤੁਹਾਡੇ ਕੋਲ ਵਰਤ ਜਾਂਦਾ, ਤੁਹਾਡੀ ਅਸੀਂ ਕੁੜੀ ਨੂੰ ਫਲਾਨਾ ਕਰ ਦਾਂਗੇ, ਤੁਹਾਡੀ ਕੁੜੀ ਨੂੰ ਕੱਢ ਲਾਂਗੇ, ਤੁਹਾਡੀ ਧੀ ਕੱਢ ਲਾਂਗੇ, ਤੇਰੀ ਭੈਣ ਵੀ ਕੱਢ ਲਾਂਗੇ, ਅਤੇ ਜੇ ਪਿਓ ਦੇ ਤਾਂ ਤੁਸੀਂ ਬਾਹਰ ਆਓ। ਚਲੋ ਠੀਕ ਹੈ ਜੀ, ਕੁਛ ਅਪਸ਼ਬਦ ਇਹੋ ਜਿਹੇ ਬੋਲੇ ਕਿ ਸਾਨੂੰ ਵੀ ਐਂ ਲੱਗਿਆ ਵੀ ਅਸੀਂ ਮੌਜੂਦ ਸੀ। ਹਾਂ, ਉਹ ਕਿਹੜੇ ਪਿੰਡ ਦੇ ਨੇ? ਉਹ ਵੀ ਸਾਡੇ ਪਿੰਡ ਦੇ, ਸਾਡੇ ਸ਼ਰੀਕੇ 'ਚੋਂ ਜਾਂ ਕੋਈ ਇਹੋ ਜਿਹੀ ਗੱਲ ਨਹੀਂ, ਨਾ ਹੀ ਕੋਈ ਅਸੀਂ ਉਹਦੇ ਨਾਲ ਕੋਈ ਪਰਚਾ ਉਹਦੇ 'ਤੇ ਕੀਤਾ, ਨਾ ਉਹਨੇ ਕੋਈ ਸਾਡੇ 'ਤੇ ਕੀਤਾ, ਨਾ ਕੋਈ ਗੱਲ ਨਾ ਬਾਤ। ਨਹੀਂ ਨਹੀਂ ਨਸ਼ਾ ਨਹੀਂ, ਉਹ ਬੰਦਾ ਨਾ ਵੈਸੇ ਹੰਕਾਰ 'ਚ, ਦੋਵੇਂ ਪਿਓ ਪੁੱਤ ਬਹੁਤ ਜ਼ਿਆਦਾ ਹੰਕਾਰ 'ਚ ਆ ਪਿਛਲੇ ਕਈ ਸਾਲਾਂ ਤੋਂ, ਕਿਸੇ 'ਤੇ ਵੀ ਕਿਸੇ ਦੀ ਕੁੜੀ ਦਾ ਕਿਸੇ ਦਾ ਵੀ ਕੋਈ ਮਤਲਬ ਪਿੰਡ 'ਚ ਚੱਲਦੇ ਰਹਿੰਦੇ ਆ, ਪਰ ਉਹ ਬੰਦੇ ਨੇ ਖੁਦ ਦਰਖਾਸਤ ਹਰੇਕ ਬੰਦੇ ਦਾ ਮਾੜਾ ਹੀ ਕਰਨਾ। ਉਸ ਤੋਂ ਬਾਅਦ ਉਹ ਕਈ 20-25 ਬੰਦਿਆਂ ਦੇ ਨਾਲ ਖੜਾ ਸੀਗਾ, ਠੀਕ ਆ। ਅਸੀਂ ਉਹਦੇ ਕੋਲ ਗਏ ਸੀਗਾ, ਦੱਸੋ ਵੀ ਕੀ ਕੰਮ ਆ ਤੁਸੀਂ ਸਾਨੂੰ ਸੱਦਿਆ ਫੋਨ ਕਰਕੇ, ਫੋਨ ਮੇਰੇ ਕੋਲ ਆ, ਮੈਂ ਤੁਹਾਨੂੰ ਟੋਲਾਂ ਦਿਖਾ ਸਕਦਾ। ਜਦੋਂ ਅਸੀਂ ਬਾਹਰ ਗਏ, ਉਸ ਮੁੰਡੇ ਨੇ ਇੱਕ ਮੁੰਡਾ ਸਾਹਮਣੇ ਆ ਜਿਹੜੇ ਉਹ ਨਾਲ ਲੈ ਕੇ ਆਇਆ ਸੀ, ਉਹਨੂੰ ਕਹਿੰਦਾ ਪਾਸੇ ਹੋ ਜਾ, ਅਸੀਂ ਕਿਹਾ ਪਤਾ ਨਹੀਂ ਕਿਉਂ ਕਹਿੰਦਾ ਪਾਸੇ ਹੋ ਜਾ, ਉਹਨੇ ਸਾਡੇ ਵੱਲ ਸਿੱਧੀਆਂ ਗੋਲੀਆਂ ਚਲਾ ਦੀਆਂ, ਇੱਕ ਮੇਰੇ ਇੱਥੋਂ ਲੰਘ ਗਈ, ਇੱਕ ਮੇਰੇ ਇੱਥੇ ਵੱਜ ਕੇ ਮੇਰੇ ਹਜੇ ਸਰੀਰ ਦੇ ਵਿੱਚ ਹੀ ਆ, ਅਤੇ ਇੱਕ ਮੇਰੇ ਇੱਥੇ ਥੱਲੇ ਵੱਜੀ, ਪਤਾ ਨਹੀਂ ਹੁਣ ਮੇਰੇ, ਮੈਨੂੰ ਇਹ ਤਾਂ ਡਾਕਟਰ ਕਹਿੰਦੇ ਵੀ 2-3 ਗੋਲੀਆਂ, ਪਰ ਇਹ ਤਾਂ ਹੁਣ ਬਾਅਦ 'ਚ ਹੀ ਪਤਾ, ਗੋਲੀਆਂ ਚਲਾਉਣ ਵਾਲੇ 20 ਜਾਣੇ ਸੀਗੇ, ਪਰ ਇੰਨਾ ਵੀ ਸਾਨੂੰ ਹੁਣ ਕੀ ਪਤਾ ਕਿਹੜੇ ਪਿਸਤੌਲ, ਪਰ ਇੰਨਾ ਵੀ ਸਾਡੇ ਸਾਹਮਣੇ ਸਾਨੂੰ ਪ੍ਰਭਜੋਤ ਅਤੇ ਕਰਮਜੀਤ ਸਿੰਘ ਅਤੇ ਹਰਭੇਜ ਸਿੰਘ ਅਤੇ ਹਾਂ ਜਿਹੜੇ 3-4 ਬੰਦੇ, ਕਿਉਂਕਿ ਜਦੋਂ ਮੇਰੇ ਗੋਲੀ ਵੱਜ ਗਈ ਮੈਂ ਨਾਲ ਦੇ ਡਿੱਗ ਪਿਆ, ਇਹਦੇ 20 ਬੰਦੇ ਮੈਂ ਸਾਰਿਆਂ ਕੋਲ ਹਥਿਆਰ ਸੀ, ਹਾਂ ਸਾਰਿਆਂ ਕੋਲ ਹਥਿਆਰ, ਵੇਖੋ ਜੀ ਨਜਾਇਜ਼ ਹੋਣੇ ਆ, ਨਜਾਇਜ਼ ਹਥਿਆਰ ਹੋਣੇ ਆ ਜੀ, ਅਸੀਂ ਡਿੱਗ ਪਏ, ਉਹ ਕਾਰ ਲੈ ਕੇ ਭੱਜ ਗਏ। ਅਸੀਂ ਤਾਂ ਕਹਿਣਾ ਵੀ ਇਹ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣੀ ਚਾਹੀਦੀ, ਜਿਹੜੇ ਬਿਨਾਂ ਗੱਲ ਤੋਂ ਲੋਕਾਂ ਨੂੰ ਐਵੇਂ ਵਿਆਹ ਜਾ ਕੇ ਵਿਆਹਾਂ 'ਚ ਖਰਾਬ ਕਰਦੇ ਆ, ਹੁਣ ਗੋਲੀਆਂ ਚਲਾਉਣ ਦਾ ਕੋਈ ਇਹੋ ਜਿਹੀ ਕਿਹੜੀ ਗੱਲ ਆ ਜੀ, ਕਿਸੇ ਦਾ ਗਰੀਬ ਨਾ ਜੀ, ਕੋਈ ਰੰਜਿਸ਼ ਨਹੀਂ ਸਾਡੇ ਤਾਂ ਪਰਿਵਾਰ 'ਚੋਂ, ਉਹਨੇ ਹਥਿਆਰ ਦੀਆਂ ਧਮਕੀਆਂ ਤਾਂ ਬਹੁਤ ਤਰੀਕੇ, ਉਹਦੇ 'ਤੇ ਦਰਖਾਸਤਾਂ ਤਾਂ ਹੈਗੀਆਂ, ਉਹਦੇ ਤੋਂ ਹੋਰ ਪਿੰਡ ਦੇ ਹੋਰ ਬੰਦਿਆਂ ਕੋਲ ਉਹਦੇ ਦਰਖਾਸਤਾਂ, ਉਹਨੇ ਥੋੜ੍ਹੇ ਦਿਨ ਪਹਿਲਾਂ ਇੱਕ ਮਹੀਨਾ ਪਹਿਲਾਂ ਇੱਕ ਪਿੰਡ ਦੇ ਬੰਦੇ ਗੁਰਦੇਵ ਸਿੰਘ ਨੂੰ ਉਹਦੀ ਦੁਕਾਨ 'ਤੇ ਸੀਮੈਂਟ ਦੀ, ਉਹ 'ਤੇ ਜਾ ਕੇ ਉਹਨੂੰ ਧਮਕੀ ਦਿੱਤੀ ਹੈ ਵੀ ਮੈਂ ਤੈਨੂੰ ਗੋਲੀਆਂ ਮਾਰ ਕੇ ਮਾਰ ਦੂੰਗਾ, ਮੈਂ ਸਰਪੰਚ ਟੁੱਟਣਾ, ਨਹੀਂ ਤਾਂ ਮੈਨੂੰ ਵੋਟਾਂ ਪਾਏ।
ਅਸੀਂ ਤਾਂ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ, ਵੀ ਐਂ ਤਾਂ ਕੋਈ ਕਿਸੇ ਨੂੰ ਐਵੇਂ ਐ ਤਾਂ ਫਿਰ ਕੋਈ ਗੱਲ ਹੀ ਨਹੀਂ, ਲੋਨ ਆਰਡਰ ਪਏ ਹੈ ਹੀ ਨਹੀਂ। ਪੈਲਸ ਦੇ ਵਿੱਚ ਹੋਇਆ ਜੀ, ਉਹਨਾਂ ਨੇ ਪਿਸਟਲ ਉਹਨਾਂ ਦੇ ਕੋਲ ਸੀ, ਮਾੜੀ ਮੋਟੀ ਚੱਲਦੀ ਰਹਿੰਦੀ ਰੂਮ ਪਿੰਡਾਂ 'ਚ, ਉਹਦੇ ਤੋਂ ਹੀ ਉਹ ਕਹਿ ਰਹੇ ਸੀ ਵੀ ਅਸੀਂ ਫਾਇਰ ਮਾਰਾਂਗੇ। ਅੱਜ ਇੱਕ ਗਰੀਬ ਲੜਕੀ ਦਾ ਵਿਆਹ ਸੀਗਾ ਸ਼ਾਦੀ 'ਤੇ, ਉਹਦੇ ਗਏ ਸ਼ਾਦੀ 'ਤੇ ਸਗਨ ਦੇ, ਸਮੈਂਟ ਸਿਰਫ ਗਏ ਆ ਅਤੇ ਉੱਥੋਂ ਉਹਨਾਂ ਨੇ ਇਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। 10-20 ਗੁੰਡੇ ਉਹਨਾਂ ਨੇ ਬੁਲਾਏ ਸੀ ਉੱਥੇ, ਜੋ ਕਿ ਉਹ ਵੀ ਪਿੰਡ ਦੀ ਆ ਅਤੇ ਕੁਛ ਬਾਹਰ ਦੇ ਵੀ ਹੈਗੇ ਆ, ਅਤੇ ਉਹਨਾਂ ਨੇ ਸਿੱਧੀ ਫਾਇਰਿੰਗ ਕਰਤੀ। ਇਹਨਾਂ ਦੇ ਕੋਲ ਕੁਛ ਨਹੀਂ ਸੀ, ਹਾਲਾਂਕਿ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਵੀ ਅਸਲਾ ਉਹਨਾਂ ਦੇ ਕੋਲ ਆ, ਕਰਮਜੀਤ ਸਿੰਘ ਪੁੱਤਰ ਜੰਗੀਰ ਸਿੰਘ, ਕਰਮਜੋਤ ਸਿੰਘ ਕਰਮਜੀਤ ਸਿੰਘ, ਇਹਨਾਂ ਦਾ ਅਸਲਾ ਕਰਮਜੀਤ ਸਿੰਘ ਦਾ ਅਸਲਾ ਪਿਸਟਲ ਆ, ਅਤੇ ਉਹਨਾਂ ਦੇ ਪੁੱਤਰ ਨੇ 3 ਗੋਲੀਆਂ ਪੁੱਤਰ ਨੇ ਚਲਾਈਆਂ, 2 ਗੋਲੀਆਂ ਕਰਮਜੀਤ ਸਿੰਘ ਨੇ ਚਲਾਈਆਂ। ਉੱਥੋਂ ਉਹਨਾਂ ਦੇ ਫਾਇਰ ਦੋਵਾਂ ਦੇ ਪੱਟਾਂ 'ਚ ਲੱਗੇ, ਇੱਕ ਦੇ 3 ਗੋਲੀਆਂ, ਇੱਕ ਦੇ 2 ਗੋਲੀਆਂ, ਉਹ ਰਾਈਫਲ ਕਰਤਾ ਜੀ ਉਹਨੂੰ, ਗੁਰਵਿੰਦਰ ਸਿੰਘ, ਇੱਕ ਜੀ ਸੀ ਲੁਧਿਆਣੇ ਡੀ ਐਮ। ਮਾੜਾ ਮੋਟਾ ਚੱਲਦਾ ਰਹਿੰਦਾ ਸੀਗਾ, ਬਾਕੀ ਉਹ ਪਿੰਡ 'ਚ ਜ਼ਿਆਦਾਤਰ ਆਮ ਹੀ ਗੁੰਡਾਗਰਦੀ ਦਾ ਕਰ ਰਹੇ ਸੀਗੇ, ਪਰ ਆਮ ਲੋਕ ਸਾਰੇ ਹੀ ਦੁਖੀ ਸੀਗੇ ਵੀ ਚੁੱਪ 'ਚ ਹੀ ਕਹਿੰਦੇ ਸੀ ਵੀ ਚੁੱਪ ਹੀ ਰੱਖੇ। ਪਹਿਲਾਂ ਹੀ ਆਉਂਦੇ ਸੀ ਅਸੀਂ ਇਲੈਕਸ਼ਨ ਲੜਨਾ ਅਤੇ ਫਾਇਰ ਮਾਰਾਂਗੇ, ਪਹਿਲਾਂ ਤੋਂ ਹੀ ਉਹਨਾਂ ਦਾ ਇਹ ਹੈ ਕਿ ਉਹਨਾਂ ਦਾ ਅਸਲੇ ਦੀ ਇੱਕ ਕਾਰਵਾਈ, ਪਹਿਲਾਂ ਪਰਚਾ ਵੀ ਉਹਨਾਂ ਦਾ ਵੈਰੋ ਕਠਾਣੇ 'ਚ, ਪਹਿਲਾਂ ਵੀ ਉਹਨਾਂ ਨੇ ਅਸਲੇ ਦੀਆਂ ਇੱਕ ਬੰਦੇ ਨੂੰ ਗੁਰਦੇਵ ਸਿੰਘ ਨੂੰ ਧਮਕੀਆਂ ਦਿੱਤੀਆਂ ਸੀ, ਉਹ ਵੀ ਵੈਰੋ ਕਠਾਣੇ 'ਚ, ਅਤੇ ਇੱਕ DSP ਦੇ ਵੀ ਹੈ, ਅਜੇ ਤੱਕ ਉਹ ਵੀ ਇੱਥੇ ਪੈਂਡਿੰਗ ਹੀ ਪਿਆ ਕੇ, DSP ਵਾਲਾ ਵੀ ਕਾਰਵਾਈ ਕੋਈ ਨਹੀਂ ਹੋਈ। ਪਹਿਲਾਂ ਵੀ ਅਸਲੇ ਦਾ ਉਹ ਵੀ ਪ੍ਰਭਜੋਤ ਸਿੰਘ, ਜਿਹੜਾ ਮੰਗ ਤਾਂ ਪ੍ਰਸ਼ਾਸਨ ਤੋਂ ਇਹੀ ਆਈ ਜੋ ਬੰਦੀ ਕਾਰਵਾਈ ਕੀਤੀ ਹੈ ਪਰਚਾ ਕੱਟਿਆ ਜਾਵੇ, ਉਹਨਾਂ ਦਾ ਅਸਲਾ ਜਬਤ ਕੀਤਾ ਜਾਵੇ, ਅਤੇ ਦੋਵਾਂ ਪਿਓ ਪੁੱਤਾਂ ਦੇ ਜਿਹੜੇ ਨਾਲ ਆ ਉਹ ਵੀ ਸਾਡੇ ਪਿੰਡ ਦੇ ਹੀ ਆ, 10-12 ਜਣੇ ਜਿਹੜੇ ਬਾਅਦ 'ਚ ਵੀ ਗਏ ਆ ਉੱਥੇ ਹਥਿਆਰ ਲੈ ਕੇ, ਉਹਨਾਂ ਕੋਲ ਵੀ ਅਸਲੇ ਬਿਨਾਂ ਲਾਇਸੈਂਸ। ਇਹਨਾਂ ਦੀ ਪਾਰਟੀ ਕੁਛ ਨਹੀਂ ਦੱਸ ਸਕਦੇ, ਕੋਈ ਇੱਕ ਕੰਨੀ ਤਾਂ ਹੈ ਨਹੀਂ ਵੀ ਜਿਹੜੀ ਪਾਰਟੀ ਅਸੀਂ ਦੱਸ ਸਕਦੇ ਵੀ ਕਿਹੜੀ ਕੰਨੀ ਉਹ ਇਲੈਕਸ਼ਨ ਲੜ ਲਏ। ਇੱਕ ਕੋਈ ਪਾਰਟੀ ਹੋਵੇ ਤਾਂ ਅਸੀਂ ਦੱਸ ਦਈਏ, ਹੁਣ ਕਾਂਗਰਸ ਕੰਨੀ ਹੰਸਰਾਜ ਜੋਸ਼ਨ ਕੰਨੀ ਹੈ, 1-2 ਵਾਰੀ ਹੰਸਰਾਜ ਜੋਸ਼ਨ ਇਹਨਾਂ ਦੇ ਘਰ ਵੀ ਆਏ ਆ, ਬਾਕੀ ਹੁਣ ਦੇਖੋ ਜੀ ਅਗਲੀ ਕਾਰਵਾਈ ਪੁਲਿਸ ਕੀ ਕਰ ਰਹੀ ਹੈ, ਤਾਂ ਮੰਗ ਇਹੀ ਕਰਦੇ ਹਾਂ ਵੀ ਇੱਕਾਂ ਦੀ ਕਾਰਵਾਈ ਕੀਤੀ ਜਾਵੇ, ਅਸਲ ਉਹਨਾਂ ਦਾ ਜ਼ਬਤ ਕੀਤਾ ਜਾਵੇ, ਜਿਹੜੇ ਜਿਹੜੇ ਬੰਦੇ ਵੀ ਅਰੈਸਟ ਮਾਰੀ ਜਾਵੇ ਉਹਨਾਂ 'ਤੇ, ਬਸ ਆਹੀ ਮੰਗ ਹੈ ਸਾਡੀ। ਇੱਥੇ 2 ਪੇਸ਼ੈਂਟ ਆਏ ਹੈ ਇਸ ਟਾਈਮ, ਜਗਸੀਰ ਸਿੰਘ, ਗੁਰਵਿੰਦਰ ਸਿੰਘ, ਦੋਨੋਂ ਹੀ ਫੱਟੜ ਹਾਲਤ ਦੇ ਵਿੱਚ ਸੀਗੇ ਸਾਡੇ ਕੋਲ, ਐਮਰਜੈਂਸੀ ਟ੍ਰੀਟਮੈਂਟ ਜੋ ਬੰਦਾ ਸੀ ਉਹਨਾਂ ਦਾ ਕਰ ਦਿੱਤਾ ਗਿਆ, ਅੱਗੇ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ। ਦੇਖੋ 1 ਦੇ 1 ਲੱਗੀ ਹੈ ਪੱਟ 'ਤੇ, ਅਤੇ ਦੂਸਰੇ ਦੇ 3 ਲੱਗੀ ਹੈ, ਅਤੇ ਦੋਨਾਂ ਦੀ ਹਾਲਤ ਨੂੰ ਦੇਖਦੇ ਉਹਨਾਂ ਨੂੰ ਰੈਫਰ ਕੀਤਾ ਗਿਆ ਸਾਡੇ ਵੱਲੋਂ ਫਰੀਦਕੋਟ।